ਅੱਜ ਮੇਰੇ ਧਿਆਨ ਵਿੱਚ ਆਇਆ ਕਿ ਕੁਛ ਸਾਡੇ GST ਡਿਪਾਰਟਮੈਂਟ ਦੇ ਅਧਿਕਾਰੀ ਇਹਨਾਂ ਤਿਉਹਾਰਾਂ ਦੇ ਦਿਨਾਂ ਦੇ ਅੰਦਰ ਸਾਡੇ ਵਪਾਰੀ ਭਰਾਵਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਸੋ ਮੈਂ ਤੁਰੰਤ ਸਾਡੇ GST ਕਮਿਸ਼ਨਰ ਸਾਹਿਬ ਨੂੰ ਹਦਾਇਤ ਜਾਰੀ ਕੀਤੀ ਆ ਕਿ ਇਹ ਕਾਰਵਾਈ ਜਿਹੜੀ ਆ ਤੁਰੰਤ ਰੋਕੀ ਜਾਵੇ, ਕਿਉਂਕਿ ਤਿਉਹਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ, ਸਾਰਿਆਂ ਨੂੰ ਤਿਉਹਾਰ ਜਿਹੜੇ ਨੇ ਖੁਸ਼ੀਆਂ ਨਾਲ ਮਨਾਉਣੇ ਚਾਹੀਦੇ ਨੇਗੇ। ਸੋ ਸਾਰੀਆਂ ਜਿਹੜੀਆਂ ਰੇਡਸ ਨੇਗੀਆਂ ਉਹ ਤੁਰੰਤ ਬੰਦ ਕੀਤੀਆਂ ਨੇਗੀਆਂ। ਸੋ ਇਸ ਤੋਂ ਬਿਨਾਂ ਜੇਕਰ ਫਿਰ ਵੀ ਕਿਸੇ ਸਾਡੇ ਵਪਾਰੀ ਭਰਾ ਨੂੰ ਕੋਈ ਸਾਡਾ ਟੈਕਸ ਡਿਪਾਰਟਮੈਂਟ ਦਾ ਇੰਸਪੈਕਟਰ ਜਾਂ ਕੋਈ ਹੋਰ ਆਫਿਸਰ ਤੰਗ ਪਰੇਸ਼ਾਨ ਕਰਦਾ ਗਾ ਤਾਂ ਤੁਰੰਤ ਇਹ ਕੰਪਲੇਂਟ ਜਿਹੜੀ ਆ ਸਿੱਧੀ ਮੇਰੇ ਆਫਿਸ ਨੂੰ ਭੇਜੀ ਜਾਵੇ। ਸਾਡਾ ਟੋਲ ਫਰੀ ਜਿਹੜਾ ਸਾਡਾ ਨੰਬਰ ਹੈਗਾ ਜਿਹਦੇ ਤੁਸੀਂ ਗੱਲ ਕਰ ਸਕਦੇ ਹੋ 0175-22-251-92। ਮੈਂ ਇੱਕ ਵਾਰ ਫਿਰ ਦੁਹਰਾਉਣਾ ਗਾ 0175-222-51-92। ਦੂਸਰਾ ਨੰਬਰ ਹੈ 292-1005 ਯਾਨੀ 2921-005। ਇਹ ਸਾਡਾ ਨੰਬਰ ਹੈਗਾ। ਤੋ ਤੁਰੰਤ ਇਹਨਾਂ ਨੰਬਰਾਂ ਤੇ ਤੁਰੰਤ ਜਾਣਕਾਰੀ ਦਿੱਤੀ ਜਾਵੇ ਜੇਕਰ ਤੁਹਾਨੂੰ ਕੋਈ ਵੀ GST ਦੇ ਅਧਿਕਾਰੀ ਤੰਗ ਪਰੇਸ਼ਾਨ ਕਰਦਾ ਗਾ। ਅਸੀਂ ਉਹਨਾਂ ਸਾਰੇ ਅਧਿਕਾਰੀਆਂ ਦੇ ਖਿਲਾਫ ਸਖ਼ਤ ਐਕਸ਼ਨ ਲਵਾਂਗੇ। ਸੋ ਸਾਰਿਆਂ ਨੂੰ ਮੇਰੇ ਵੱਲੋਂ, ਸਾਰੇ ਵਪਾਰੀ ਭਰਾਵਾਂ ਨੂੰ ਜਿਹੜੀਆਂ ਇਹ ਆਉਣ ਵਾਲੇ ਤਿਉਹਾਰ ਨੇ ਉਹ ਖੁਸ਼ੀਆਂ ਭਰੇ ਮਨਾਉਣ, ਅਜਿਹੀ ਮੈਂ ਕਾਮਨਾ ਕਰਦਾਗਾ। ਬਹੁਤ ਬਹੁਤ ਧੰਨਵਾਦ।